ਸਾਸੀ ਕਾਲਜੀ ਸਾਰਿਆਂ ਨੂੰ ਅੱਜ ਸੀ ਗੱਲ ਕਰਾਂਗੇ ਕਾਫੀ ਦੇ ਬਾਰੇ ਦੇ ਵਿੱਚ ਕੀ ਤੁਸੀਂ ਜਾਣਦੇ ਹੋ ਬਹੁਤ ਸਾਰੀਆਂ ਰਿਸਰਚਾਂ ਅੰਦਰ ਇਹ ਸਾਬਿਤ ਹੋ ਚੁੱਕਾ ਹੈ ਕਿ ਕਾਫੀ ਸਾਡਾ ਮੈਥਾਬੋਲਿਜ਼ਮ ਬੂਸਟ ਕਰਦੀ ਹੈ ਇੱਕ ਰਿਸਰਚ ਕੀਤੀ ਗਈ ਜਿਸ ਵਿੱਚ ਦੋ ਗਰੁੱਪ ਬਣਾਏ ਗਏ ਇੱਕ ਨੂੰ ਬਲੈਕ ਕਾਫੀ ਦਾ ਇਸਤੇਮਾਲ ਕਰਵਾਇਆ ਗਿਆ ਇੱਕ ਨੂੰ ਨਹੀਂ ਜਿਸ ਗਰੁੱਪ ਨੂੰ ਬਲੈਕ ਕਾਫੀ ਦਾ ਇਸਤੇਮਾਲ ਕਰਵਾਇਆ ਗਿਆ ਉਹਨਾਂ ਵਿੱਚ weight loss ਜ਼ਿਆਦਾ ਦੇਖਿਆ ਗਿਆ compare to ਉਸ ਗਰੁੱਪ ਦੇ ਜਿਨ੍ਹਾਂ ਨੂੰ ਕਾਫੀ ਦਾ ਇਸਤੇਮਾਲ ਨਹੀਂ ਕਰਵਾਇਆ ਗਿਆ ਸੀ ਹੁਣ ਤੁਹਾਨੂੰ ਲੱਗੇਗਾ ਕਿ ਕਾਫੀ weight loss ਕਿਵੇਂ ਕਰਵਾਉਂਦੀ ਹੈ ਸਭ ਤੋਂ ਪਹਿਲਾਂ ਇਹ ਸਾਡੇ ਮੈਥਾਬੋਲਿਜ਼ਮ ਨੂੰ ਬੂਸਟ ਕਰਦੀ ਹੈ ਜਦੋਂ ਸਾਡਾ ਮੈਥਾਬੋਲਿਜ਼ਮ ਬੂਸਟ ਹੁੰਦਾ ਹੈ ਤਾਂ weight loss ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਮੈਥਾਬੋਲਿਜ਼ਮ ਇੰਨਾ ਸਲੋ ਹੈ ਕਿ ਅਸੀਂ ਜੋ ਮਰਜ਼ੀ ਕਰ ਲਈਏ ਸਾਡਾ weight loss ਨਹੀਂ ਹੁੰਦਾ ਇਸ ਨਾਲ ਸਾਡਾ ਮੈਥਾਬੋਲਿਜ਼ਮ ਤੇਜ਼ ਹੁੰਦਾ ਹੈ ਦੂਸਰਾ ਇਹ ਸਾਨੂੰ ਬੇਵਕਤ ਭੁੱਖ ਨਹੀਂ ਲੱਗਣ ਦਿੰਦੀ ਇਹ ਸਾਡੇ ਹੰਗਰ ਨੂੰ ਕੱਟ ਕਰਦੀ ਹੈ ਤੁਸੀਂ ਜੇਕਰ ਚਾਹ ਨੂੰ ਬਲੈਕ ਕਾਫੀ ਨਾਲ ਰਿਪਲੇਸ ਕਰਦੇ ਹੋ ਤਾਂ ਇਹ ਤੁਹਾਡਾ weight loss ਕਰੇਗੀ ਇਸ ਦੇ ਅੰਦਰ ਜ਼ੀਰੋ ਕੈਲਰੀਜ਼ ਹੁੰਦੀਆਂ ਹਨ ਚਾਹ ਵਿੱਚ ਤੁਸੀਂ ਜਿੰਨਾ ਮਰਜ਼ੀ ਘੱਟ ਦੁੱਧ ਪਾ ਲਵੋ ਕੈਲਰੀਜ਼ ਫਿਰ ਵੀ ਤੁਹਾਨੂੰ ਮਿਲਦੀਆਂ ਹੀ ਹਨ ਕਾਫੀ ਦੇ ਮੁਕਾਬਲੇ ਦੇ ਵਿੱਚ ਪਰ ਜੇਕਰ ਤੁਸੀਂ ਕੋਲਡ ਕਾਫੀ ਜਾਂ ਦੁੱਧ ਪਾ ਪਾ ਕੇ ਕਾਫੀ ਲਵੋਗੇ ਤਾਂ ਇਹ ਤੁਹਾਡਾ weight gain ਕਰਵਾਵੇਗੀ weight loss ਨਹੀਂ ਇਸ ਗੱਲ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ ਜੇਕਰ ਤੁਸੀਂ weight loss ਲਈ ਕੌਫੀ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਬਲੈਕ ਕੌਫੀ ਹੀ ਲੈਣੀ ਹੈ ਤੁਸੀਂ ਦੁੱਧ ਪਾ ਪਾ ਕੇ ਕੌਫੀ ਨਹੀਂ ਪੀਣੀ ਅਤੇ ਇਸ ਦੇ ਸਾਈਡ ਇਫੈਕਟ ਵਿੱਚ ਜੇਕਰ ਤੁਸੀਂ ਉੱਠਦੇ ਸਾਰ ਹੀ ਕੌਫੀ ਲੈਂਦੇ ਹੋ ਤਾਂ ਤੁਹਾਡਾ ਪੇਟ ਖਰਾਬ ਹੁੰਦਾ ਹੈ ਕਿਉਂਕਿ ਉੱਠਦੇ ਸਾਰ ਹੀ ਬੋਡੀ ਨੂੰ ਕੈਫੀਨ ਦੇ ਦਿੰਦੇ ਹੋ ਤੇ ਜੇਕਰ ਤੁਸੀਂ ਨਾਸ਼ਤੇ ਵਿੱਚ ਇਸ ਨੂੰ ਲੈਂਦੇ ਹੋ ਤਾਂ ਇਹ ਵੀ ਠੀਕ ਨਹੀਂ ਹੈ ਤੁਸੀਂ ਨਾਸ਼ਤੇ ਤੋਂ ਅੱਧਾ ਘੰਟਾ ਬਾਅਦ ਜਾਂ ਇੱਕ ਘੰਟਾ ਬਾਅਦ ਕਾਫੀ ਦਾ ਇਸਤੇਮਾਲ ਕਰੋ ਤੁਸੀਂ ਦੇਨ ਦੇ ਵਿੱਚ ਦੋ ਵਾਰ ਕਾਫੀ ਲੈ ਸਕਦੇ ਹੋ ਇਸ ਦੇ ਟੇਸਟ ਨੂੰ ਵਧਾਉਣ ਲਈ ਇਸ ਵਿੱਚ ਮਿੱਠਾ ਜਾਂ ਦੁੱਧ ਨਾ ਪਾਓ ਇਸ ਨੂੰ ਬਲੈਕ ਕਾਫੀ ਹੀ ਪੀਓ ਈਵੇ ਹੀ ਕੁਝ ਵੀ ਇਸ ਦੇ ਵਿੱਚ ਤੁਸੀਂ ਐਡ ਨਹੀਂ ਕਰਨਾ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਨਿੰਬੂ ਪਾ ਕੇ ਲੈਮਨ ਕਾਫੀ ਪੀਂਦੇ ਹਨ ਤਾਂ ਉਹਨਾਂ ਦਾ weight ਬਹੁਤ ਜਲਦੀ loose ਹੁੰਦਾ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ ਜੋ ਤੁਹਾਨੂੰ ਨਿੰਬੂ ਪਾ ਕੇ ਕਾਫੀ ਪੀਣ ਦੇ ਫਾਇਦੇ ਹਨ ਉਹ ਹੀ ਤੁਹਾਨੂੰ ਬਲੈਕ ਕਾਫੀ ਦੇ ਹਨ ਨਾਰਮਲ ਕਾਫੀ ਦੇ ਹਨ ਤੁਸੀਂ ਇਸ ਨੂੰ ਜਿਵੇਂ ਮਰਜ਼ੀ ਪੀ ਸਕਦੇ ਹੋ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਜਾਂ ਸਟ्रेस ਹੈ ਐਂਜਾਇਟੀ ਹੈ ਉਹ ਕਾਫੀ ਦਾ ਇਸਤੇਮਾਲ ਨਾ ਕਰਨ weight loss ਦੇ ਲਈ ਉਹ ਕਿਸੇ ਹੋਰ ਟੀ ਦਾ ਯੂਜ਼ ਕਰ ਸਕਦੇ ਹਨ ਇਹ ਸੰ ਕਾਫੀ ਦੇ weight loss ਲਈ ਫਾਇਦੇ ਉਮੀਦ ਕਰਦੇ ਹਨ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਥੋੜੀ ਜਹੀ ਵੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ